आज असि सिखांगे क्रोध दे बारे विच गुस्से विच आण के नहरां विच छालां मारदे आ लोकी जहर पी लैंदे आ गुस्से विच आण के तलाक दे दिंदे इक दूजे नूं गुस्से विच आण के पर गुस्सा जदो खत्म हुंदा आ उदों हथ खाली हो जांदे आ फिर उदों हथां विच कुछ नहीं रहिंदा पछतावे दे बिना ते विनाश दे बिना गुस्सा पिछे कुछ नहीं छड़दा गुस्से विच मरना किसे समस्या दा हल नहीं हुंदा सुसाइड आत्महत्या बुझ दिल लोकां दा काम है जीना जिंदा दिली आ समस्यावां दा सामना करना उन्हां नाल जूझना ते परमेश्वर उत्ते भरोसा रख के फतेह पाउणा एह जिंदा दिली आ पर समस्या नूं देख के भजना डरना ते समस्या नहीं मुक सकदी इह सोच के अपने आप नूं खत्म करना बुझ दिली आ जेकर कोई इंसान मर जांदा है आत्महत्या करके कि पिछों कर्जे खत्म हो जांदे है कि पिछों समस्यावां खत्म हो जांदियां है सिर्फ वो इंसान खत्म हुंदा है समस्यावां फिर खड़े दियां खड़ियां रहिंदियां है ते वो अपनियां अगलियां पीढ़ियां लई छड़ जांदा है पर वो क्यों इतना करदा क्योंकि गुस्सा उहदे ते इन्ना हावी हो जांदा है उहदी सोचण शक्ति खत्म हो जांदी है इन्ना हावी हो जांदा गुस्सा कि उहनूं चेता भुल जांदा वी इह मेरी पत्नी आ जां मेरा पति आ कोई गल नहीं जे गलती होगी आ इहनूं सुधारिया जा सकदा आ जे कोई समस्या आ इहदे चों निकलिया जा सकदा क्योंकि दुनिया ते इहो जिहा कोई जिंदा नहीं आ जिहदी चाबी ना बणी होवे पर उह इक दूजे तों छुटकारा पाउण दे लई तलाक कर लैंदे आ जां इक दूजे नूं खतम कर दिंदे आ एक मर जांदा आ दूजा जेल च चलिया जांदा ते बच्चे अनाथ हो के रोलदे आ लोकां दे हत्थां वल देखदे आ रोटी नूं तरसदे आ फिर जिहड़ा जिंदा बचदा आ उह जेल च बैठा रोंदा आ पछताउंदा आ पर कुछ नहीं कर सकदा फिर गुस्से ने की सवारिया किसे दा बहुत गुस्सा आके न्याणे अपने घरों भज जांदे आ घर छड के चले जांदे आ ते जदों बाहर जाके उहनां नूं रहण नूं नहीं लभदा खाण नूं नहीं लभदा लोकी इज्जत वालियां नजरां नाल उहनां वल नहीं देखदे तरां तरां दियां बोलियां सुणनियां पैंदियां दुनिया दी दरिंदगी झलणी पैंदी आ फिर पछतावे बिना होर कुछ भी पल्ले नहीं पैंदा ਕਈ ਵਾਰੀ ਅਸੀਂ ਬਹੁਤ ਕਾਲੇ ਹੋ ਜਾਂਦੇ ਹਾਂ ਗੁੱਸੇ ਦੇ ਵਿੱਚ ਇੱਕ ਵਾਰੀ ਦੀ ਗੱਲ ਆ ਇੱਕ ਛੋਟਾ ਜਿਹਾ ਬੱਚਾ ਉਹਦੇ ਡੈਡੀ ਨੇ ਨਵੀਂ ਕਾਰ ਲਈ ਤੇ ਉਸ ਕਾਰ ਦੇ ਉੱਤੇ ਬੱਟਾ ਲੈ ਕੇ ਕੁਛ ਲਿਖ ਰਿਹਾ ਸੀ ਤੇ ਜਦੋਂ ਉਹਦੇ ਡੈਡੀ ਨੇ ਉਹਦੇ ਹੱਥ ਵਿੱਚ ਦੇਖਿਆ ਵੱਟਾ ਆ ਤੇ ਵੱਟੇ ਨਾਲ ਨਵੀਂ ਕਾਰ ਉੱਤੇ ਲਿਖ ਰਿਹਾ ਆ ਤੇ ਉਹਦੇ ਡੈਡੀ ਨੂੰ ਬਹੁਤ ਗੁੱਸਾ ਚੜਿਆ ਉਹਨੇ ਨਿਆਣੇ ਨੂੰ ਬਾਹੋਂ ਫੜਿਆ ਇੰਨੀ ਜ਼ੋਰ ਦੀ ਚਪੇੜ ਮਾਰੀ ਵੀ ਉਹ ਨਿਆਣਾ ਜਦੋਂ ਡਿੱਗਾ ਤੇ ਕਿਸੇ ਇੱਟ ਪੱਥਰ ਤੇ ਉਹਦਾ ਸਿਰ ਲੱਗਾ ਨਿਆਣਾ ਖਤਮ ਹੋ ਗਿਆ ਤੇ ਜਦੋਂ ਕਾਰ ਉੱਤੇ ਦੇਖਿਆ ਲਿਖਿਆ ਕੀ ਸੀ ਆਈ ਲਵ ਯੂ ਪਾਪਾ ਹੁਣ ਉਸ ਪਿਓ ਕੋਲੇ ਪਛਤਾਉਣ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਸੀ
ਉਹਨੇ ਦੇਖਿਆ ਨਹੀਂ ਵੀ ਇਹ ਬੱਚਾ ਆ ਇਹਦੀ ਉਮਰ ਕੀ ਆ ਉਹਨੇ ਦੇਖਿਆ ਨਹੀਂ ਵੀ ਇਹ ਕਰ ਕੀ ਰਿਹਾ ਆ ਬਸ ਕ੍ਰੋਧ ਇੰਨਾ ਹਾਵੀ ਹੋ ਗਿਆ ਕਈ ਵਾਰੀ ਅਸੀਂ ਬਹੁਤ ਕਾਲੇ ਹੁੰਦੇ ਆ ਕ੍ਰੋਧ ਕਰਨ ਦੇ ਵਿੱਚ ਬਿਨਾਂ ਸੋਚਿਆ ਅਸੀਂ ਰਿਐਕਟ ਕਰ ਦਿੰਦੇ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਨੁਕਸਾਨ ਲੈ ਆਉਂਦਾ ਆ ਜਿਹਦੀ ਭਰਪਾਈ ਮੁੜ ਕੇ ਕਦੀ ਵੀ ਹੁੰਦੀ ਨਹੀਂ ਇਸ ਲਈ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਐਡਵਾਂਸ ਵਿੱਚ ਵਾਰਨਿੰਗ ਦੇ ਰਿਹਾ ਆ ਕਿ ਦੁਨੀਆ ਉੱਤੇ ਕ੍ਰੋਧ ਦਾ ਆਤਮਾ ਹਾਵੀ ਹੋਣ ਵਾਲਾ ਆ ਸੱਚੀ ਦੁਸ਼ਟ ਆਤਮਿਆਂ ਦਾ ਕੰਮ ਬਹੁਤ ਵਧਣ ਵਾਲਾ ਆ ਇਸ ਵਾਰੀ ਬਹੁਤ ਲੋਕਾਂ ਨੂੰ ਲੱਗਦਾ ਆ ਕਿ ਜੋ ਫਰਾਂਸ ਵਿੱਚ ਹੋਇਆ ਉਹ ਓਲੰਪਿਕ ਗੇਮਸ ਦੀ ਓਪਨ ਸੈਰੇਮਨੀ ਸੀ ਪਰ ਸਿਰਫ ਆਤਮਕ ਅੱਖਾਂ ਤੇ ਬੁੱਧ ਵਾਲੇ ਲੋਕੀ ਜਾਣਦੇ ਆ ਉਹ ਓਲੰਪਿਕ ਗੇਮਸ ਦੀ ਸੈਰੇਮਨੀ ਨਹੀਂ ਸੀ ਦੁਨੀਆ ਉੱਤੇ ਖੇਡੇ ਜਾਣ ਵਾਲੀ ਸ਼ੈਤਾਨੀ ਗੇਮ ਦੀ ਓਪਨਿੰਗ ਸੈਰੇਮਨੀ ਹੋਈ ਆ ਉਸ ਓਪਨ ਸੈਰੇਮਨੀ ਦੇ ਵਿੱਚ ਦਿਖਾਇਆ ਗਿਆ ਸੀ ਪ੍ਰਭੂ ਦੀ ਮੇਜ਼ ਦਾ ਅਪਮਾਨ ਉਸ ਓਪਨ ਸੈਰੇਮਨੀ ਦੇ ਵਿੱਚ ਦਿਖਾਇਆ ਗਿਆ ਸੀ ਦ ਕਿੰਗ ਆਫ ਡਾਰਕਨੈਸ ਹਨੇਰੇ ਦਾ ਰਾਜਾ ਸਵਾਰ ਹੋ ਕੇ ਆ ਰਿਹਾ ਆ ਇਹ ਦੇਖਣ ਵਾਲਿਆਂ ਲਈ ਤਮਾਸ਼ੇ ਦੀਆਂ ਚੀਜ਼ਾਂ ਸੀ ਪਰ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ ਇਹ ਆਤਮਕ ਦੁਨੀਆ ਵਿੱਚੋਂ ਸਾਡੇ ਲਈ ਇੱਕ ਅਲਾਰਮ ਭੇਜਿਆ ਗਿਆ ਜਿਹੜਾ ਸ਼ਰੇਆਮ ਸਾਰਿਆਂ ਦੇ ਸਾਹਮਣੇ ਵੱਜਿਆ ਕਿਉਂਕਿ ਬੁੱਕ ਆਫ ਰੈਵਲੇਸ਼ਨ ਦੇ ਵਿੱਚ ਲਿਖਿਆ ਆ ਪ੍ਰਕਾਸ਼ਿਤ ਦੀ ਕਿਤਾਬ ਦੇ ਵਿੱਚ ਵੀ ਉਹ ਹਨੇਰੇ ਦਾ ਰਾਜਾ ਤੁਰਿਆ ਆਉਂਦਾ ਆ ਘੋੜੇ ਤੇ ਸਵਾਰ ਹੋ ਕੇ ਤੇ ਉਹਦੇ ਪਿੱਛੇ ਸੈਨਾ ਆ ਪਤਾਲ ਦੀ ਤੇ ਜੇ ਅਸੀਂ ਆਤਮਕ ਅੱਖਾਂ ਨਾਲ ਦੇਖੀਏ ਤੇ ਡਿਵਾਈਨ ਵਿਜ਼ਡਮ ਦੇ ਨਾਲ ਆਤਮਕ ਬੁੱਧ ਨਾਲ ਆਪਾਂ ਸੋਚੀਏ ਫਿਰ ਸਿੱਧਾ ਹੀ ਸਮਝ ਆਉਂਦਾ ਕਿ ਇਹ ਸਾਈਨ ਕੀ ਸੀਗਾ ਜੇ ਹਨੇਰੇ ਦਾ ਰਾਜਾ ਆਉਂਦਾ ਤੇ ਉਹਦੇ ਪਿੱਛੇ ਕਿਹੜੀ ਚੀਜ਼ ਆ ਰਹੀ ਆ ਪਤਾਲ ਦੀ ਸੈਨਾ ਵੀ ਆ ਰਹੀ ਆ ਮਤਲਬ ਕਿ ਦੁਸ਼ਟ ਆਤਮਿਆਂ ਦੀਆਂ ਫੌਜਾਂ ਹਰ ਚੀਜ਼ ਸਾਨੂੰ ਇੱਕ ਨਿਸ਼ਾਨ ਦੇ ਰਹੀ ਆ ਆਉਣ ਵਾਲੇ ਸਮੇਂ ਚ ਕੀ ਹੋਣ ਵਾਲਾ ਆ ਹਰ ਚੀਜ਼ ਨਿਸ਼ਾਨ ਦਿੰਦੀ ਆ ਹਨੇਰੀ ਆਉਣ ਤੋਂ ਪਹਿਲਾਂ ਅਸਮਾਨ ਦਾ ਰੰਗ ਬਦਲ ਜਾਂਦਾ ਆ ਉਹ ਨਿਸ਼ਾਨ ਨਜ਼ਰ ਆਉਣ ਲੱਗ ਜਾਂਦਾ ਕਿ ਹਨੇਰੀ ਆਉਣ ਵਾਲੀ ਆ ਬਾਰਿਸ਼ ਆਉਣ ਤੋਂ ਪਹਿਲਾਂ ਅਸਮਾਨ ਦੇ ਤੌਰ ਤਰੀਕੇ ਬਦਲ ਜਾਂਦੇ ਆ ਉਹਦਾ ਰੰਗ ਬਦਲ ਜਾਂਦਾ ਹਵਾਵਾਂ ਬਦਲ ਜਾਂਦੀਆਂ ਆ ਪਤਾ ਲੱਗ ਜਾਂਦਾ ਕਿ ਬਾਰਿਸ਼ ਆਉਣ ਵਾਲੀ ਆ ਬਾਹਰਲੇ ਮੁਲਕਾਂ ਵਿੱਚ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਜੇ ਬਹੁਤ ਠੰਡ ਪੈਣ ਵਾਲੀ ਹੋਵੇ ਤੇ ਉੱਥੋਂ ਦੇ ਜਿਹੜੇ ਨੇਟਿਵ ਲੋਕੀ ਆ ਜਿਹੜੇ ਉੱਥੋਂ ਦੇ ਰਹਿਣ ਵਾਲੇ ਪੁਰਾਣੇ ਲੋਕੀ ਆ ਉਹ ਕਹਿੰਦੇ ਵੀ ਇੱਥੇ ਘੋੜਿਆਂ ਦੇ ਉੱਤੇ ਬਾਲ ਬਹੁਤ ਆ ਜਾਂਦੇ ਆ ਉਹਨਾਂ ਦੀ ਫਰ ਜਿਹੜੀ ਆ ਉਹ ਵੱਡੀ ਹੋ ਜਾਂਦੀ ਆ ਉੱਤੋਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੰਨਾ ਸਿਆਲਾਂ ਵਿੱਚ ਠੰਡ ਬਹੁਤ ਜ਼ਿਆਦਾ ਪੈਣੀ ਆ ਹਰ ਚੀਜ਼ ਕੁਦਰਤ ਵਿੱਚ ਹੋਣ ਵਾਲੇ ਬਦਲਾਵ ਨੂੰ ਆਉਣ ਵਾਲੇ ਸਮੇਂ ਨੂੰ ਬਿਆਨ ਕਰਦੀ ਆ ਸਿਰਫ ਸਮਝਣ ਵਾਲਾ ਮਨ ਹੋਣਾ ਚਾਹੀਦਾ ਤੇ ਵੇਖਣ ਵਾਲੀਆਂ ਅੱਖਾਂ ਹੋਣੀਆਂ ਚਾਹੀਦੀਆਂ ਇਸੇ ਲਈ ਬਾਰ ਬਾਰ ਵਚਨ ਦੇ ਵਿੱਚ ਲਿਖਿਆ ਜਿਹਦੇ ਕੰਨ ਆ ਉਹ ਸੁਣੇ ਕਿ ਆਤਮਾ ਕਲੀਸੀਆ ਨੂੰ ਕੀ ਆਖਦਾ ਆ
कन तो सारिया भी लगे पर कन जेड़े आत्मा दे सुनो भी जो क्या जा रहा है उसका असली अर्थ की निकलता है। इसलिए चाहे तुसी सामने बैठे वचन नू सुन रहे हैं जां तुसी घरां विच बैठे इस प्रचार नू सुन रहे हैं अज परमेश्वर का वचन अर्थात परमेश्वर का आत्मा सानू यह वार्निंग भेजता है